ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਜਲੰਧਰ ਵੱਲੋਂ ਨਵੇਂ ਸ਼ੁਰੂ ਕੀਤੇ ਸੀ ਪ੍ਰੋਡਕਸ਼ਨ ਬਾਰੇ ਕਿਸਾਨ ਭਰਾਵਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡੀਐਮ ਸੁਖਵਿੰਦਰ ਸਿੰਘ ਰੰਧਾਵਾ ਜਲੰਧਰ ਨੇ ਦੱਸਿਆ ਹੈ ਕਿ ਕਣਕ ਤੇ ਕਿਸਾਨ ਭਰਾਵਾਂ ਨੂੰ ਕਣਕ ਦਾ ਜੋ ਸਰਕਾਰੀ ਮੁੱਲ ਹੋਵੇਗਾ ਉਸ ਤੋਂ 250 ਰੁਪਏ ਮੁੱਲ ਜ਼ਿਆਦਾ ਦਿੱਤਾ ਜਾਵੇਗਾ ਅਤੇ ਨਾਲ ਹੀ ਮੰਡੀਆਂ ਵਿੱਚ ਜਾਣ ਦੀ ਵੀ ਜ਼ਰੂਰਤ ਨਹੀਂ ਹੋਵੇਗੀ। ਉਹਨਾਂ ਇਹ ਵੀ ਕਿਹਾ ਹੈ ਕਿ ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਵੱਲੋਂ ਸਪੈਸ਼ਲ ਫਾਊਂਡੇਸ਼ਨ ਸੀਡ ਵੀ ਦਿੱਤੇ ਜਾਣਗੇ। ਉਹਨਾਂ ਕਿਹਾ ਹੈ ਕਿ ਇਸ ਦੇ ਨਾਲ ਹੀ ਇੱਕ ਐਗਰੀਮੈਂਟ ਕੀਤਾ ਜਾਵੇਗਾ ਜਿਸ ਮੁਤਾਬਿਕ ਇਹ ਕਣਕ ਪੰਜਾਬ ਐਗਰੋ ਵੱਲੋਂ ਹੀ ਖਰੀਦੀ ਜਾਵੇਗੀ। ਐਗਰੋ ਜਲੰਧਰ ਅਤੇ ਲੁਧਿਆਣਾ ਡਿਸਟ੍ਰਿਕਟ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਪੰਜਾਬ ਐਗਰੋ ਵੱਲੋਂ ਸੀਡ ਦੀ ਪ੍ਰੋਡਕਸ਼ਨ ਕੀਤੀ ਜਾ ਰਹੀ ਹੈ ਅਤੇ ਕਿਸਾਨ ਵੀਰਾਂ ਨੂੰ ਯੂਨੀਵਰਸਿਟੀ ਵੱਲੋਂ ਪ੍ਰਾਪਤ ਬੀਜ ਲਗਭਗ 40 ਰੁਪਏ ਕਿਲੋ ਦੇ ਉੱਤੇ ਦਿੱਤਾ ਜਾਏਗਾ, ਜਿਸ ਦੇ ਵਿੱਚ 5 ਵਰਾਇਟੀਆਂ ਹਨ। ਨੰਬਰ 1 HD 3086, PW 725, PW 343, PW 550 ਅਤੇ WH 1105। ਕਿਸਾਨ ਵੀਰਾਂ ਨੂੰ ਇਹ ਵੀ ਲਗਭਗ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਜੋ ਪੰਜਾਬ ਯੂਨੀਵਰਸਿਟੀ ਦੇ ਰੇਟ ਨਿਰਧਾਰਿਤ ਹਨ ਉਸ 'ਤੇ ਦਿੱਤਾ ਜਾਵੇਗਾ ਅਤੇ ਕਿਸਾਨ ਵੀਰਾਂ ਕੋਲੋਂ ਇਸ ਦੀ ਪ੍ਰੋਡਕਸ਼ਨ ਕਰਵਾ ਕੇ ਸੂਇੰਗ ਕਰਵਾ ਕੇ ਇਸ ਦੀ ਬਾਅਦ ਵਿੱਚ ਪ੍ਰੋਡਕਸ਼ਨ ਜੋ ਹੈ ਉਹ ਸਾਡੇ ਸਲੇਮ ਡਾਬਰੀ ਜ਼ਿਲ੍ਹਾ ਲੁਧਿਆਣਾ ਦੇ ਗ੍ਰੇਡਿੰਗ ਸੈਂਟਰ ਵਿੱਚ ਲਿਆਉਣ ਲਈ ਅਪੀਲ ਕੀਤੀ ਜਾਵੇਗੀ। ਉਸ ਤੋਂ ਉਸ ਵੇਲੇ ਜਦੋਂ ਕਿਸਾਨ ਇਹ ਆਪਣਾ ਉਤਪਾਦਨ ਲੈ ਕੇ ਆਉਣਗੇ ਉਹਨਾਂ ਨੂੰ ਇੱਕ ਵਿਦਿਨ ਏ ਵੀਕ ਇੱਕ ਹਫ਼ਤੇ ਦੇ ਅੰਦਰ ਅੰਦਰ MSP ਜੋ ਭਾਰਤ ਸਰਕਾਰ ਵੱਲੋਂ ਨਿਰਧਾਰਿਤ ਹੋਵੇਗੀ ਉਹ ਪੇ ਕਰ ਦਿੱਤੀ ਜਾਵੇਗੀ, ਪਲੱਸ 10 ਰੁਪਏ ਫੀ ਕੁਇੰਟਲ ਉਹਨਾਂ ਨੂੰ ਟਰਾਂਸਪੋਰਟੇਸ਼ਨ ਫਰੇਟ ਚਾਰਜ ਦਿੱਤੇ ਜਾਣਗੇ। ਇਸ ਤੋਂ ਇਲਾਵਾ ਅਗਸਤ ਸਤੰਬਰ ਮਹੀਨੇ ਵਿੱਚ ਕਿਸਾਨ ਵੀਰਾਂ ਦੇ ਇਸ ਕਣਕ ਦੀ ਗ੍ਰੇਡਿੰਗ ਕੀਤੀ ਜਾਵੇਗੀ ਸਲੀਮ ਡਾਬਰੀ ਗ੍ਰੇਡਿੰਗ ਸੈਂਟਰ ਵਿਖੇ ਅਤੇ ਗ੍ਰੇਡਿੰਗ ਹੋਣ ਉਪਰੰਤ ਜੋ ਵੀ ਬੀਜ ਲਗਭਗ ਮਤਲਬ ਗ੍ਰੇਡਿੰਗ ਬੀਜ ਉਤਪਾਦਨ ਵਾਸਤੇ ਤਿਆਰ ਹੋ ਜਾਵੇਗਾ ਉਸ ਉੱਪਰ 250 ਰੁਪਏ ਪ੍ਰੀਮੀਅਮ ਦਿੱਤਾ ਜਾਵੇਗਾ। ਕੁਸ਼ਚਨ ਹੈਗਾ ਕਿ ਇਹ ਬੀਜ ਕਿੱਥੋਂ ਮਿਲਣਗੇ? ਇਹ ਬੀਜ ਸਾਨੂੰ ਸਲੇਮ ਡਾਬਰੀ ਡਿਸਟ੍ਰਿਕਟ ਆਫਿਸ ਲੁਧਿਆਣਾ ਤੋਂ ਮਿਲਣਗੇ। ਮਤਲਬ ਕਿ ਇੱਕੋ ਹੀ ਜਗ੍ਹਾ ਸਰ ਮਿਲਣੇ ਆ ਜਾਂ ਵੱਖ ਵੱਖ? ਇੱਕ ਹੀ ਜਗ੍ਹਾ ਤੋਂ, ਬਾਕੀ ਸਾਡੇ ਆਪਣੇ ਜੋ ਇੰਸਪੈਕਟਰ ਜਿਵੇਂ ਜੇ ਅਗਰ ਕੋਈ ਫਲੋਰ ਜਾਂ ਨੂਰ ਮੈਂ ਲੈਣਾ ਚਾਹੁੰਦੇ ਉਹ ਸਾਡੇ ਮਿਸਟਰ ਜਤਿੰਦਰ ਗਿੱਲ ਨੇ, ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ। ਉਹਨਾਂ ਨੂੰ ਨੰਬਰ ਹੈ 9876 63 56, 9876 63 57। ਸਰ ਇਹ ਜਿਹੜੀ ਕਣਕ ਜਦੋਂ ਹੋ ਜਾਂਦੀ ਆ ਅਤੇ ਇਹ ਕਣਕ ਕਿੱਥੇ ਲੈ ਕੇ ਜਾਣੀ ਆ? ਇਹ ਮੰਡੀਆਂ 'ਚ ਲੈ ਕੇ ਜਾਵਾਂਗੇ? ਇਹ ਜਿਹੜੀ ਨੂੰ ਉਤਪਾਦਨ ਉਪਰੰਤ ਕਿਸਾਨ ਆਪਣੀ ਕਣਕ ਦੀ ਸਫਾਈ ਕਰਵਾ ਕੇ ਪੱਖਾ ਲਗਵਾ ਕੇ ਉਹਨਾਂ ਨੂੰ ਉਸ ਤੋਂ ਪਹਿਲਾਂ ਅਸੀਂ ਬੋਰੀਆਂ ਦੇਵਾਂਗੇ, ਪੱਖਾ ਲਗਾਉਣ ਤੋਂ ਉਪਰੰਤ ਬੋਰੀਆਂ 'ਚ ਭਰ ਕੇ ਆਪਣੀ ਟਰਾਲੀ ਜਾਂ ਟਰੱਕ ਵਿੱਚ ਉਹ ਲੈ ਕੇ ਸਲੀਮ ਡਾਬਰੀ ਗ੍ਰੇਡਿੰਗ ਸੈਂਟਰ ਵਿਖੇ ਪਹੁੰਚਾਉਣਗੇ। ਉਸ ਉਪਰੰਤ ਉਹਨਾਂ ਨੂੰ MSP ਵਿਦਇਨ ਵੀਕ ਦੇ ਦਿੱਤੀ ਜਾਵੇਗੀ। ਠੀਕ ਹੈ ਜੀ। ਮਤਲਬ ਉਸ ਤੋਂ ਬਾਅਦ 250 ਰੁਪਏ ਕੁਇੰਟਲ ਸਰ ਉਸ ਤੋਂ ਬਾਅਦ ਦੇਵੋਗੇ? ਉਹ ਅਗਸਤ ਸਤੰਬਰ ਵਿੱਚ ਜਦੋਂ ਗ੍ਰੇਡਿੰਗ ਕੀਤੀ ਜਾਵੇਗੀ ਉਸ ਟਾਈਮ ਜੋ ਅੰਡਰ ਸਾਈਜ਼ ਜਾਂ ਕੋਈ ਟੋਟਾ ਰਹਿ ਜਾਏਗਾ ਉਸ ਨੂੰ ਛੱਡ ਕੇ ਬਾਕੀ ਜਿਹੜਾ ਬੀਜ ਉਤਪਾਦਨ ਲਾਇਕ ਹੋਏਗਾ ਉਸ ਦੀ ਉਹਨਾਂ ਨੂੰ 250 ਰੁਪਇਆ ਪ੍ਰੀਮੀਅਮ ਮਿਲੇਗਾ। ਨੂਰ ਮਹਿਲ ਤੋਂ ਲਵਲੀ ਕੁਮਾਰ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।